ਲੋ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਕਿ ਆਲੂ ਗੋਭੀ ਦੀ ਹਨਾ ਸੀਜ਼ਨ ਦੀ ਜਾਂਦੀ ਜਾਂਦੀ ਸਬਜੀ ਕਿਸ ਤਰ੍ਹਾਂ ਆਪਾਂ ਬਹੁਤ ਹੀ ਵਧੀਆ ਟੈਸਟੀ ਬਣਾ ਸਕਦੇ ਆਂ ਬਸ ਆਪਾਂ ਸਟੈਪ ਚੇਂਜ ਕਰਨੇ ਹੈਗੇ ਆ ਜਿਹੜੀ ਚੀਜ਼ ਆਪਾਂ ਪਹਿਲਾਂ ਪਾਣੀ ਉਹ ਆਪਾਂ ਬਾਅਦ ਚ ਪਾਵਾਂਗੇ ਔਰ ਜਿਹੜੀ ਬਾਅਦ ਚ ਪਾਣੀ ਉਹ ਆਪਾਂ ਪਹਿਲਾਂ ਪਾਵਾਂਗੇ ਸਰੋਂ ਦੇ ਤੇਲ ਦੇ ਵਿੱਚ ਕੁਝ ਵੀ ਨਹੀਂ ਪਾਣਾ ਆਲੂ ਗੋਭੀ ਪਾਣੀ ਹੈ ਉਸ ਤੋਂ ਬਾਅਦ ਨਾਣ ਮਿਰਚ ਹਲਦੀ ਮਸਾਲਾ ਤੇ ਕਸੂਰੀ ਮੇਥੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਹਿਲਾਣਾ ਨਾਲ ਨਾਲ ਆਪਾਂ ਪੀਵਾਂਗੇ ਚਾਹ ਉਸ ਤੋਂ ਬਾਅਦ ਦੇ ਦੇਣਾ ਜੀ ਢੱਕਣ ਢੱਕਣ ਲਾਣ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਦੇਖ ਲਓ ਜੀ ਜਿਹੜਾ ਆਪਾਂ ਬਾਅਦ ਚੋਂ ਮਸਾਲਾ ਪਾਇਆ ਉਹ ਆਪਾਂ ਪਹਿਲਾਂ ਬੰਨਨੇ ਹੁੰਨੇ ਆ ਤੇ ਇਹ ਸਟੈਪ ਆਪਾਂ ਚੇਂਜ ਕੀਤਾ ਹੈਗਾ ਲਓ ਜੀ ਸਬਜੀ ਨੂੰ ਆਪਾਂ ਉਹ ਵੀ ਪਕਾਵਾਂਗੇ ਜਿਵੇਂ ਆਪਾਂ ਆਮ ਸਬ지ਆਂ ਪਕਾਉਂਦੇ ਆ ਪੱਕਣ ਤੋਂ ਬਾਅਦ ਦੇਖ ਲਓ ਜੀ ਆਪਾਂ ਪਾਵਾਂਗੇ ਕਸੂਰੀ ਮੇਥੀ ਤੇ ਦੇਖ ਲਓ ਸਾਡੀ ਕਿੰਨੀ ਵਧੀਆ ਇਸ ਤਰ੍ਹਾਂ ਸਬਜੀ ਦੀ ਲੋਕ ਆ ਰਹੀ ਹੈ ਜਿਸ ਤਰ੍ਹਾਂ ਆਪਾਂ ਪਹਿਲਾਂ ਸਬਜੀ ਨੂੰ ਫਰਾਈ ਕੀਤਾ ਹੁੰਦਾ ਤੇ ਜੇ ਮੇਰੀ ਟਿਪ ਤੁਹਾਨੂੰ ਪਸੰਦ ਆਂਦੀ ਹੈ ਤੇ ਜਰੂਰ ਤੁਸੀਂ ਅੱਗੇ ਵੀਡੀਓ ਸ਼ੇਅਰ ਕਰਿਓ ਠੀਕ ਹੈ ਓਕੇ ਜੀ ਬਾਏ ਬਾਏ